ਅੱਜ ਅਸੀਂ ਦੁਬਾਰਾ ਲਾਈਵ ਹੋਏ ਆ ਆ ਵੀਰ ਤੁਸੀਂ ਦੇਖ ਸਕਦੇ ਹੋ ਵੀਰ ਉਧਰੋਂ ਦੇਖਣਾ ਸਤਿ ਸ੍ਰੀ ਅਕਾਲ ਕਰਦੇ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਇੱਧਰ ਇੱਧਰ ਇਹਦੇ ਵਿੱਚ ਵਾਹਿਗੁਰੂ ਹਾਂਜੀ ਵੀਰ ਤੇ ਵੀਰ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਨ ਲਈ ਦੁਬਾਰਾ ਲਾਈਵ ਹੋਏ ਆ ਅੱਜ ਇਹ ਵੀਰ ਉਹ ਚਾਹ ਦੇ ਲੈ ਘੁੱਟ ਕੇ ਯਾਰ ਮੈਂ ਨਹੀਂ ਬਣ ਕੇ ਚੱਪ ਕਰ ਦੇ ਨਹੀਂ ਮੈਂ ਨਹੀਂ ਬਣਾਉਣਾ ਦਿਮਾਗੀ ਸੰਤੁਲਨ ਬਿਲਕੁਲ ਠੀਕ ਨੀ ਦੇਖੀ ਬਾਈ ਪਿੱਛੇ ਰੱਖ ਕੈਮਰਾ ਪਿੱਛੇ ਰੱਖ ਦੂ ਆਪਦਾ ਮੈਂ ਠੀਕ ਨੀ ਹੈਗਾ ਤੇ ਇਹ ਵੀਰ ਆਂਡਲੂ ਪਿੰਡ ਤੋਂ ਦੱਸਦਾ ਆਪਦੇ ਆਪ ਨੂੰ ਇਹਦੇ ਪੈਰ ਦੇ ਉੱਪਰ ਲੱਤਾਂ ਦੇ ਉੱਪਰ ਤੁਸੀਂ ਦੇਖ ਹੀ ਲਿਆ ਸੱਟਾਂ ਕਿੱਦਾਂ ਲੱਗੀਆਂ ਹੋਈਆਂ ਕਾਫੀ ਜ਼ਿਆਦਾ ਦਿਮਾਗੀ ਹਾਲਤ ਵੀ ਠੀਕ ਨੀ ਹੈਗੀ ਲੱਤਾਂ ਦੇ ਵਿੱਚ ਕਾਫੀ ਪਸ ਭਰੀ ਹੋਈ ਹੈ ਤੇ ਕਾਫੀ ਪੁਰਾਣੇ ਜ਼ਖਮ ਆ ਇਹਦੇ ਵੀਰ ਦੇ ਤੇ ਇਹ ਵੀਰ ਨੂੰ ਅਨਮੋਲ ਨੂੰ ਫੋਨ ਆਇਆ ਸਾਡੇ ਟੀਮ ਮੈਂਬਰ ਅਨਮੋਲ ਇਹਨੂੰ ਸੋਨੂ ਵੀਰ ਸੋਨੂ ਅਹੁਜਾ ਜੀ ਦਾ ਫੋਨ ਆਇਆ ਵੀ ਉਹਨਾਂ ਦੇ ਉੱਥੇ ਬਾਹਰ ਫੈਕਟਰੀ ਦੇ ਘੁੰਮ ਰਿਹਾ ਸੀ ਵੀਰ ਕਾਫੀ ਦਿਨਾਂ ਤੋਂ ਬੜੀ ਮਾੜੀ ਹਾਲਤ ਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰਕੇ ਜ਼ਖਮ ਲੱਤਾਂ ਦੇ ਉੱਤੇ ਹੋਇਆ ਕਾਫੀ ਜ਼ਿਆਦਾ ਤੇ ਬਾਕੀ ਇਹਨਾਂ ਦੇ ਜਿਵੇਂ ਸਰੀਰ ਬੋਡੀ ਦੇ ਉੱਪਰ ਜਿਵੇਂ ਪਿੱਸੂ ਪਏ ਹੁੰਦੇ ਆ ਜਾਂ ਇਦਾਂ ਦੇ ਜੀਵ ਕਾਫੀ ਜ਼ਿਆਦਾ ਚੜੇ ਹੋਏ ਸਰੀਰ ਦੇ ਉੱਪਰ ਨਹੀਂ ਨਹੀਂ ਬਾਈ ਮੈਨੂੰ ਤੂੰ ਰੋਕੀ ਨਾ ਨਾ ਜਾਨੀ ਕਿ ਗੁਰੂ ਮਹਾਰਾਜ ਨੇ ਕਿਰਪਾ ਕਰੀ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਹੈ ਜਿਹੜਾ ਸਾਡੀ ਟੀਮ ਨੂੰ ਇਸ ਵੀਰ ਦੀ ਸੇਵਾ ਮਿਲੀ ਹੈ ਤੇ ਪਰ ਜੇ ਕੋਈ ਵੀਰ ਜਾਂ ਭੈਣ ਇਹਨੂੰ ਵੀਰ ਨੂੰ ਪਛਾਣਦਾ ਵਾ ਕਾਲੇ ਵੀਰ ਨੂੰ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਆਂਡਲੂ ਪਿੰਡ ਦੱਸਦਾ ਵੀਰ ਤੇ ਵੀਰ ਦੇ ਸੱਟਾਂ ਲੱਗੀਆਂ ਹੋਈਆਂ ਕਿਸੇ ਵਜ੍ਹਾ ਨਾਲ ਕਾਫੀ ਪੁਰਾਣੀਆਂ ਸੱਟਾਂ ਵਾ ਤੇ ਇਹਦਾ ਇਲਾਜ ਜਿਹੜਾ ਬਣਦਾ ਅਸੀਂ ਆਪਦੀ ਪੂਰੀ ਤਨਦੇਹੀ ਨਾਲ ਸੇਵਾ ਇਹਦੀ ਵੀਰ ਦੀ ਨਿਭਾਵਾਂਗੇ ਕਰਾਵਾਂਗੇ ਇਲਾਜ ਤੇ ਏਦਾਂ ਦੇ ਵੀਰਾਂ ਦੀ ਜੇ ਹੈਲਪ ਪਹਿਲੀ ਸਟੇਜ ਤੇ ਕੀਤੀ ਜਾਵੇ ਜਿਵੇਂ ਇਹ ਵੀਰ ਨੇ ਕੀਤੀ ਆ ਤੁਹਾਨੂੰ ਜਿਵੇਂ ਅਸੀਂ ਦੱਸ ਰਹੇ ਹਾਂ ਅਨਮੋਲ ਕਵਿਤਰਾ ਵੀਰ ਲੈ ਕੇ ਆਇਆ ਵੀਰ ਕਾਲੇ ਨੂੰ ਇੱਥੇ ਸਾਡੇ ਕੋਲ ਤੇ ਜਾਂ ਸੋਨੂ ਅਹੁਜਾ ਜੀ ਨੇ ਜਿਵੇਂ ਪਹਿਲ ਦੀ ਧਾਰ ਦੱਸਿਆ ਸਾਨੂੰ ਤਾਂ ਇਹ ਵੀਰ ਸਾਡੇ ਕੋਲੇ ਪਹੁੰਚਦਾ ਹੋ ਗਿਆ ਇਹਦਾ ਹੁਣ ਦਿਮਾਗੀ ਇਲਾਜ ਆ ਜਿਹੜਾ ਉਹ ਚਲਾਇਆ ਜਾਊਗਾ ਤੇ ਜਿਹੜਾ ਆਪਣਾ ਸੱਟਾਂ ਦਾ ਇਲਾਜ ਆ ਉਹ ਵੀ ਅਸੀਂ ਪੱਟੀਆਂ ਵਗੈਰਾ ਜੋ ਵੀ ਸਰਜਰੀ ਬਣਦੀ ਆ ਉਹ ਕਰਾਵਾਂਗੇ ਜੀ ਤੇ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਵੀ ਏਦਾਂ ਹੀ ਅਵੇਅਰਨੈਸ ਦਿਖਾਇਆ ਕਰੋ ਏਦਾਂ ਦੇ ਵੀਰਾਂ ਦੀ ਜੀ ਹੁਣ ਪਹਿਲੀ ਪਹਿਲ ਦੇ ਆਧਾਰ ਤੇ ਇਲਾਜ ਹੋ ਜਾਊਗਾ ਹੁਣ ਇਹਦੀ ਬਚਤ ਹੋ ਸਕਦੀ ਹੈ ਜੀ ਇਹੀ ਹਾਲਾਤ ਹੋਰ ਮਹੀਨਾ ਖੰਡ ਬਣੇ ਰਹਿੰਦੇ ਤਾਂ ਇਹਦੇ ਬਹੁਤ ਜ਼ਿਆਦਾ ਜ਼ਖਮਾਂ ਦੇ ਵਿੱਚ ਮਾੜੀ ਹਾਲਤ ਹੋ ਜਾਣੀ ਸੀਗੀ ਜਿੱਦਾਂ ਕਿ ਕੀੜੇ ਪੈ ਜਾਂਦੇ ਆ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਬੜੀ ਮਾੜੀ ਹਾਲਤ ਦੇ ਵਿੱਚ ਬੰਦੇ ਪਹੁੰਚ ਜਾਂਦੇ ਜਿਵੇਂ ਤੁਸੀਂ ਸਾਡੇ ਕੋਲ ਦੇਖਦੇ ਰਹਿੰਦੇ ਹੋ ਅਕਸਰ ਇੱਦਾਂ ਦੇ ਵੀਰ ਪਹੁੰਚਦੇ ਆ ਜਿਹੜੇ ਬੜੀ ਕੰਡੀਸ਼ਨ ਮਾੜੀ ਹੁੰਦੀ ਇਹਨਾਂ ਦੀ ਇੱਕ ਵਾਰੀ ਗਲ ਜ਼ਖਮ ਹੋਰ ਮਾੜਾ ਦਿਖਾ ਦੇ ਲੱਪਿਆ ਮੈਂ ਤਾਂ ਜਾ ਕੇ ਨਹੀਂ ਜੀ ਮੈਂ ਇਹ ਵੀਰ ਦੀ ਹਾਲਤ ਦਿਮਾਗੀ ਹਜੇ ਸਮਝਣ ਸੋਚਣ ਦੀ ਹੈ ਨੀ ਗੀ ਇਹਨਾਂ ਦੇ ਪਰਿਵਾਰ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਂਡਲੂ ਪਿੰਡ ਸਾਡੇ ਰੈਕੋਰਡ ਹਲਕੇ ਦੇ ਵਿੱਚ ਨੇੜੇ ਹੀ ਆ ਤੇ ਮੈਂ ਉੱਥੇ ਫੋਨ ਵੀ ਕੀਤਾ ਸਾਡਾ ਜਗਤਾਰ ਵੀਰ ਆ ਉੱਥੇ ਉਹਦੇ ਨਾਲ ਗੱਲ ਕੀਤੀ ਆ ਉਹ ਇਹਨਾਂ ਦੇ ਪਰਿਵਾਰ ਚ ਸੁਨੇਹਾ ਲਾਉਂਦੇ ਆ ਤੇ ਅਸੀਂ ਜੋ ਬਣਦਾ ਇਲਾਜ ਇਹਨਾਂ ਦਾ ਕਰਵਾਵਾਂਗੇ ਜੀ ਤੇ ਇਹੀ ਸਾਰੇ ਵੀਰਾਂ ਭੈਣਾਂ ਨੂੰ ਜਾਣਕਾਰੀ ਦੇਣੀ ਸੀਗੀ ਜਿਵੇਂ ਅਨਮੋਲ ਨੇ ਅੱਜ ਅਵੇਅਰਨੈਸ ਦਿਖਾਈ ਹੈ ਇਵੇਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਅਵੇਅਰਨੈਸ ਦਿਖਾਇਆ ਕਰੋ ਵੀ ਏਦਾਂ ਦੇ ਵੀਰਾਂ ਦੀ ਜਿਹੜੀ ਫਸਟ ਸਟੇਜ ਦੇ ਉੱਤੇ ਹੈਲਪ ਹੋ ਸਕੇ ਇਹੀ ਅਸੀਂ ਬੇਨਤੀ ਕਰਨੀ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਗਰਮੀ ਦੇ ਵਿੱਚ ਜੈਕਟ ਪਾ ਕੇ ਏਦਾਂ ਇੰਨੇ ਮੋਟੇ ਕੱਪੜੇ ਪਾ ਕੇ ਘੁੰਮਦਾ ਇਹੀ ਨਿਸ਼ਾਨੀ ਏਦਾਂ ਦੇ ਵੀਰਾਂ ਦੀ ਜਦੋਂ ਹਾਲਾਤ ਠੀਕ ਨਹੀਂ ਹੁੰਦੇ ਇਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਇਹੀ ਚੀਜ਼ਾਂ ਨੂੰ ਦੇਖ ਕੇ ਨੋਟਿਸ 'ਚ ਲੈ ਕੇ ਏਦਾਂ ਦੇ ਵੀਰਾਂ ਦੀ ਚੈੱਕ ਜ਼ਰੂਰ ਕਰਿਆ ਕਰੋ ਇਹਨਾਂ ਦਾ ਇਲਾਜ ਕਰਵਾਉਣ ਦੇ ਵਿੱਚ ਇਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਜੇ ਤੁਸੀਂ ਆਪਦੇ ਲੈਵਲ 'ਤੇ ਕੋਈ ਕਰਾ ਸਕਦਾ ਵੀਰ ਭੈਣ ਉਹ ਵੀ ਕਰਵਾਇਆ ਕਰੋ ਜੇ ਨਹੀਂ ਹੋ ਸਕਦਾ ਕੋਈ ਜ਼ਿਆਦਾ ਹਾਲਤ ਮਾੜੀ ਹੈ ਜਾਂ ਕ੍ਰਿਟੀਕਲ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 97803000 ਨੰਬਰ ਆ ਉਹਦੇ 'ਤੇ ਕੋਈ ਵੀ ਵੀਰ ਸੰਪਰਕ ਕਰਕੇ ਇੱਦਾਂ ਦੇ ਕੋਈ ਲੋੜਵੰਦ ਬੰਦੇ ਨੂੰ ਸਾਡੇ ਕੋਲ ਪਹੁੰਚਾ ਸਕਦਾ ਜੇ ਬਹੁਤ ਜ਼ਿਆਦਾ ਕ੍ਰਿਟੀਕਲ ਆ ਕੋਈ ਬੰਦਾ ਜੇ ਥੋੜ੍ਹੀ ਬਹੁਤੀ ਪ੍ਰੋਬਲਮ ਵਾਲਾ ਕੋਈ ਬੰਦਾ ਹੈਗਾ ਤੁਸੀਂ ਆਪਦੇ ਵਿਹਾਵ 'ਤੇ ਵੀ ਉਹਨਾਂ ਦਾ ਇਲਾਜ ਕਰਵਾ ਸਕਦੇ ਹੋ ਇਹੀ ਬੇਨਤੀ ਕਰਨੀ ਸੀਗੀ ਤੁਹਾਨੂੰ ਸਾਰਿਆਂ ਨੂੰ ਤੇ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਆ ਜਿਹੜਾ ਸਾਡੀ ਟੀਮ ਸਾਰੀ ਪਿੱਛੇ ਖੜੇ ਤੁਸੀਂ ਦੇਖਦੇ ਹੋ ਵੀਰ ਤੇ ਅੰਦਰ ਸੇਵਾ 'ਤੇ ਲੱਗੇ ਹੋਏ ਮੁੰਡੇ ਸਾਡੇ ਕੋਲ ਇਸ ਟਾਈਮ 42 ਦੇ ਕਰੀਬ ਲੋੜਵੰਦ ਬੰਦੇ ਲਵਾਰਿਸ ਰਹਿੰਦੇ ਆ ਜਿਹਨਾਂ ਦਾ ਅਸੀਂ ਇਲਾਜ ਕਰਵਾਉਂਦੇ ਹਾਂ ਤੇ ਉਹਨਾਂ ਦਾ ਇੱਦਾਂ ਹੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਲਾਜ ਚੱਲਦਾ ਰਹੇ ਇੱਦਾਂ ਹੀ ਵੀਰ ਠੀਕ ਹੁੰਦੇ ਰਹਿਣ ਤੇ ਤੁਹਾਡੇ ਸਾਰੇ ਵੀਰਾਂ ਭੈਣਾਂ ਨੂੰ ਇੱਕੋ ਹੀ ਬੇਨਤੀ ਹੈ ਸਾਡੀਆਂ ਪੋਸਟਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀ ਹੋ ਸਕਦਾ ਤੁਹਾਡੀ ਕੀਤੀ ਹੋਈ ਪੋਸਟ ਸ਼ੇਅਰ ਕੀਤੀ ਹੋਈ ਦੇ ਨਾਲ ਕਿਸੇ ਦਾ ਪਰਿਵਾਰ ਮਿਲ ਜਾਵੇ ਕਿਸੇ ਨੂੰ ਇਲਾਜ ਸਹੀ ਮਿਲ ਜਾਵੇ ਕਿਸੇ ਨੂੰ ਮਦਦ ਮਿਲ ਜਾਵੇ
ਤੇ ਸੱਚੇ ਪਾਤਸ਼ਾਹ ਅੱਗੇ ਹੀ ਅਰਦਾਸ ਹੈ ਤੇ ਇਹ ਕਾਲੇ ਵੀਰ ਦੇ ਬਾਰੇ ਚ ਵੀ ਜੇ ਕਿਸੇ ਨੇ ਜਾਣਕਾਰੀ ਲੈਣੀ ਸਾਡੇ ਨੰਬਰ ਤੇ 97-800-3333 ਤੇ ਲੈ ਸਕਦਾ। ਤੇ ਇਹਨਾਂ ਦੀ ਹੁਣ ਹਾਲਤ ਦਿਮਾਗੀ ਨਾ ਠੀਕ ਹੋ ਗਿਆ, ਪੂਰੀਆਂ ਕੁਛ ਚੀਜ਼ਾਂ ਇਹਨਾਂ ਬਾਰੇ ਤੁਹਾਨੂੰ ਸੱਟਾਂ ਵਗੈਰਾ ਨਹੀਂ ਦਿਖਾ ਸਕੇ, ਪਰ ਹਾਲਤ ਜ਼ਖਮਾਂ ਦੀ ਕਾਫ਼ੀ ਮਾੜੀ ਹੈ, ਲੱਤਾਂ ਦੇ ਉੱਪਰ ਸੋਜਿਸ਼ ਆਈ ਹੋਈ ਹੈ, ਮੈਂਟਲੀ ਹਾਲਤ ਬਿਲਕੁਲ ਹੀ ਠੀਕ ਨਹੀਂ। ਅਤੇ ਸਾਡਾ ਨੰਬਰ 97-800-3333 ਹੈ ਜੀ, ਉਹ 'ਤੇ ਕੋਈ ਸੰਪਰਕ ਕਰਨਾ ਤੁਸੀਂ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਨਾ ਤੇਰੀ ਭੈਣ ਤੇਰੀ ਨੂੰ ਅੱਗ ਮਚਾ ਕੇ ਨਾ।